ਅਸਲਾਮ ਵਾਲੇਕਮ ਵੀਵਰਸ ਅਤੇ ਵੀਵਰਸ, ਅਸੀਂ ਆਏ ਅੱਜ ਨਿਆਮੂ ਨਾ ਮੰਡੀ ਨਾਲ। ਰਾਣਾ ਐਸਨ ਸਾਹਿਬ ਵੀ ਸਾਡੇ ਨਾਲ ਆਇਆ, ਇਹਦਾ ਬਸ ਚਿਹਰਾ ਦੇਖੋ ਉਰਦੂ ਕਿਉਂ ਨਹੀਂ। ਰਾਣਾ ਸਾਹਿਬ ਸੁਣਾਓ, ਕੈਸੇ ਜਾਨਵਰ ਲੱਗੇ ਜੀ? ਮੰਡੀ ਬੜੀ ਬਿਹਤਰੀਨ ਆ। ਹਾਂਜੀ, ਬੜੀ ਬਿਹਤਰੀਨ ਆ ਮੰਡੀ ਲੱਗੀ। ਹਾਂਜੀ ਜੀ, ਅੱਛੇ ਆ ਜਾਨਵਰ ਵੀ, ਮਾਸ਼ਾ ਅੱਲਾਹ ਨਾ ਜਾਨਵਰ ਬਹੁਤ ਅੱਛੇ ਨੇ, ਤਗੜੇ ਵੀ। ਹਾਂਜੀ ਤਗੜੇ ਵੀ, ਹਾਂ ਤਗੜੇ। ਅੱਜ ਦੇਖੋ ਬੜੇ ਬੜੇ ਖੂਬਸੂਰਤ ਯਾਰ ਜਾਨਵਰ, ਗਰਮੀ ਦੇ ਵਿੱਚ ਨਾ ਕੀ ਖਿਆਲ? ਮਾਸ਼ਾ ਅੱਲਾਹ ਬੜੇ ਨਾ ਖੂਬਸੂਰਤ ਜਾਨਵਰ ਨੇ, ਖੂਬਸੂਰਤ। ਕੈਸੇ ਕੈਸਾ ਵੈਸੇ ਤੁਹਾਨੂੰ ਲੱਗ ਰਿਹਾ ਇਹ ਜਾਨਵਰ? ਖੂਬਸੂਰਤ ਹੈ ਜੀ, ਇਹ ਦੇਖੋ ਵਾਈਟ। ਰਾਮ ਸਾਹਿਬ ਵੈਸੇ ਤੁਹਾਡਾ ਪਹਿਲਾ ਚੱਕਰ ਕਿ ਮੰਡੀ ਦੇ ਕਿਵੇਂ? ਸਾਡੇ ਦੂਸਰਾ ਚੱਕਰ, ਦੂਸਰਾ ਜਿਹੜਾ ਦੂਸਰਾ ਚੱਕਰ ਹੈ। ਪਹਿਲਾਂ ਬੁਲਾ ਕੇ ਗਏ ਹੋ? ਪਹਿਲੇ ਗਏ ਆਏ ਸੀਗੇ, ਪਹਿਲੇ ਜ਼ਰਾ ਇੱਥੇ ਮੋਲਾ ਸੀਗਾ ਕੰਮ। ਅੱਛਾ, ਕੰਮ ਤੇ ਦੂਸਰਾ ਅਤੇ ਆਖਰੀ ਹੈ ਤੁਹਾਡੀ ਜ਼ਿੰਦਗੀ ਦਾ? ਦੇਖੋ ਜੀ ਅੱਲਾਹ ਖੈਰ ਕਰੇ, ਜ਼ਿੰਦਗੀ ਦਾ ਕਿਹੜਾ ਪਤਾ ਹੁੰਦਾ ਜੀ, ਜ਼ਿੰਦਗੀ ਦਾ ਜੀ ਜ਼ਿੰਦਗੀ ਦਾ ਦੇਖੋ। ਲਿਆ ਦੇਖੋ ਮਾਸ਼ਾ ਅੱਲਾਹ ਯਾਰ, ਦੇਖੋ ਕੈਸੇ ਵਾਈਟ, ਕਿਆ ਬਾਤ ਹੈ ਜੀ। ਲਓ ਜੀ, ਨਿਆਮੂ ਨਾ ਮੰਡੀ ਦਾ ਪਹਿਲਾ ਜੀ, ਪਹਿਲਾ ਕੈਟਲ ਦੇ ਨਾਮ ਤੋਂ ਹੈ ਅਤੇ ਮਾਸ਼ਾ ਅੱਲਾਹ ਜਾਨਵਰ ਖੂਬਸੂਰਤ ਨੇ ਵੈਸੇ। ਹਾਂਜੀ, ਥੋੜ੍ਹੇ ਕਿਹਾ ਕਹਿ ਲਓ ਕਿ ਨਾਰਮਲ ਵੀ ਤਗੜੇ, ਬਹੁਤ ਹੀ ਤਗੜੇ ਹਾਲੇ ਨਹੀਂ ਆਏ, ਤਗੜੇ ਉੱਧਰ ਹੀ ਅੱਗੇ ਨੇ ਦੋ ਦੋ, ਪਰ ਹੈ ਖੂਬਸੂਰਤ ਹੈ ਖੂਬਸੂਰਤ ਜਾਨਵਰ। ਇੱਕ ਵੀ ਰਾਸਾ ਦਾ ਵੀ ਗੱਲ ਹੈ, ਸਫਾਈ ਦਾ ਵੀ ਬੜਾ ਇੰਤਜ਼ਾਮ ਹੈ। ਹਾਂਜੀ, ਸਫਾਈ ਬੜੀ ਕੀਤੀ ਹੈ, ਐਨਾ ਤੁਸੀਂ ਆਪਣਾ ਸਫਾਈ ਦਾ ਇੰਤਜ਼ਾਮ ਨਹੀਂ ਕਰਦੇ ਜਿੰਨਾ ਉਹਨੇ, ਦੇਖ ਲਓ ਉਹਨਾਂ ਦਾ ਕੀਤਾ। ਹਾਂ ਤੁਸੀਂ ਐਨੀ ਜਲਦੀ ਨਹੀਂ ਕਰਦੇ। ਹਾਂਜੀ ਇਸ ਤਰ੍ਹਾਂ ਹੀ ਹੈ। ਹਾਂਜੀ ਮਾਸ਼ਾ ਅੱਲਾਹ, ਦੇਖੋ ਤਗੜਾ ਹੋਵੇ ਨਾ, ਜੇ ਜਾਨਵਰ ਤਗੜਾ ਹੋਵੇ ਉਹ ਤੁਹਾਨੂੰ ਬੈਠੇ ਹੋਏ ਵੀ ਨਾ ਤਗੜਾ ਹੀ ਲੱਗਦਾ। ਹਾਂ ਨਹੀਂ ਦੇਖੋ ਨਾ, ਇਹ ਵੀ ਜਾਨਵਰ ਅੱਛਾ, ਇਹ ਜਿਹੜਾ ਇਹ ਖੜਾ, ਇਹ ਦੇਖੋ ਮਾਸ਼ਾ ਅੱਲਾਹ, ਇਹ ਵੀ ਤਗੜਾ ਯਾਰ। ਗਰਮੀ 'ਚ ਵੈਸੇ ਨਾ ਨਡਾਲ ਹੋਏ ਪਏ ਨੇ ਮੈਡਮ, ਵੀ ਕੀ ਕਰਨ, ਕੀ ਕਹਾਂ ਜੀ, ਜਾਨਵਰ ਵੀ ਕੀ ਕਰਨ। ਹਾਲੇ ਦੇਖ ਲਓ ਨੀਚੇ ਸਾਰਾ ਪਾਣੀ ਨਾਲ ਪੀਣਾ ਗਿੱਲਾ, ਅਤੇ ਇਹ ਦੇਖ ਲਓ ਅਸੀਂ ਇਹਨੂੰ ਕਲੋਜ਼ ਵੀ ਕਰਕੇ ਚੰਗਾ ਦਿਖਾ ਦਿੰਦੇ ਹਾਂ। ਇਹ ਮਾਸ਼ਾ ਅੱਲਾਹ ਖੂਬਸੂਰਤ ਵੀ ਜਾਨਵਰ, ਸਾਨੂੰ ਬਾਹਰ ਗਰਮੀ ਲੱਗਣ ਦੀ, ਇੱਧਰ ਆ ਗਏ ਜ਼ਰਾ ਸਹੀ ਮੌਸਮ ਆ ਸਰ, ਮੌਸਮ ਸਹੀ ਹੈ। ਦੇਖੋ ਨਾ ਕਿ ਉਹਨਾਂ ਦੀ ਵਰਕਰ ਹੀ ਇੰਨੇ ਆ, ਉਹ ਹਰ ਵਕਤ ਅਤੇ ਆਪਣਾ ਸਿਸਟਮ ਸਿਸਟਮ ਕਰਦੇ ਨੇ। ਅਤੇ ਹੁਣ ਆਓ ਜਾ ਉੱਧਰ ਦਾ ਵੀ ਰੋਡ ਲਗਾਈ ਹੈ ਅਸੀਂ, ਦੇਖ ਲਓ ਉੱਧਰ ਦਾ ਤਾਂ ਹੈ। ਕੋਈ ਖਾਣਾ ਪੀਣਾ ਤਾਂ ਦੱਸੋ, ਹੈ ਸਮਾਨ ਪਿਆ ਹੈ ਵਿੱਚ? ਸਮਾਨ ਵੀ ਪਿਆ ਹੈ ਖਾਣ ਵੀ, ਆਪਣੇ ਦੀਵੰਦ ਨੂੰ ਕਹੋ ਆ ਕੇ ਇੱਥੇ ਰੋਟੀ ਖਾਣੀ ਫਰੀ ਦੀ ਆ। ਦੇ ਲਓ ਹਮਜ਼ਾ ਭਾਈ ਜੀ, ਅੱਛਾ 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 ਠੀਕ ਹੋ ਗਏ, ਠੀਕ। ਲਓ ਜੀ ਲਓ ਜੀ ਅਸਲ ਭਾਈ ਇਹ ਮਾਸ਼ਾ ਅੱਲਾਹ ਤਗੜਾ। ਹਾਂਜੀ ਹਾਂਜੀ, ਉਹ ਵੀ ਤਗੜਾ ਹੈ, ਅੱਗੇ ਅੱਗੇ ਦਿਖਾਓ ਭਾਈ। ਹਾਂਜੀ ਨਹੀਂ ਉਹ ਵੀ ਠੀਕ, ਉਹ ਤਗੜਾ। ਹਾਂ ਹਾਂਜੀ ਉਹ ਤਗੜਾ, ਇਹ ਵੀ ਠੀਕ ਹੈ ਮਾਸ਼ਾ ਅੱਲਾਹ, ਬਹੁਤ ਖੂਬਸੂਰਤ ਹੈ ਯਾਰ। ਪਹਿਲੇ ਪੂਰਾ ਲੈਂਦੇ ਸੀ ਸ਼ੈਡੋ, ਮੈਨੂੰ ਐਤਕੀ ਉਹਨਾਂ ਨੇ ਸ਼ੈਡੋ ਉਹ ਲਾ ਹੀ ਸਹੀ ਲਿਆ, ਨਹੀਂ ਲਾ ਗਈ ਉਹਨਾਂ ਫੁੱਲ ਹੀ ਸਹੀ ਲਿਆ। ਇਸ ਤਰ੍ਹਾਂ ਹੀ ਹੈ, ਹਾਂ
ਇੱਧਰ ਵੀ ਦਿਖਾਓ, ਇੱਧਰ ਵੀ ਆਏ ਵੀ ਆਏ ਯਾਰ। ਇਹ ਭੈਣਾਂ ਰੱਖ ਪੈਸੇ ਪੁੱਛ ਰਹੀ ਇਹਨਾਂ ਦਾ, ਅਸਲਾਮ ਵਾਲੇਕੁਮ ਜੀ, ਭੈਣਾਂ ਦਾ ਕੀ ਰੇਟ ਫਿਰ? ਹਾਂਜੀ 6.5 ਤੂੰ ਕੋਈ ਆਪਣਾ ਮੋਬਾਈਲ ਨੰਬਰ ਦੱਸੋ, ਕੋਈ ਦੇਖ ਕੇ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ। 0306 7036 ਕਿੰਨਾ? 198 7036 198 0306 ਠੀਕ ਹੋ ਗਿਆ। ਬਸ ਜਿਹੜਾ ਰਾਬਤਾ ਕਰਨਾ ਵੀ ਉਹਨਾਂ ਨਾਲ ਭੈਣ ਦਾ ਰੰਗ ਕਰ ਸਕਦਾ। ਕੀ ਨਾਮ ਭੈਣ? ਖਾਲਦ ਭਾਈ। ਭਾਜੀ ਖਾਲਦ ਭਾਈ, ਖਾਲਦ ਭਾਈ ਇਹ ਵਾਈਟ ਦਾ ਵੀ ਆ ਫਿਰ ਰੇਟ ਦਾ? ਅੱਛਾ 3-4 ਤਕੜੇ ਜ਼ਿਆਦਾ ਇਹੋ ਹੀ ਹੈਗਾ ਭਾਜੀ, ਉਹ ਪੜਦਾ ਪਿਆ ਇਹ ਕਹਿੰਦਾ ਰੇਟ ਇੱਕੋ ਹੀ ਹੈ। ਹਾਂਜੀ 4 ਦਾ ਰੇਟ ਠੀਕ ਹੋ ਗਿਆ। ਅੱਛਾ ਕੀ ਨਾਮ ਜੀ ਇਹਦਾ? ਬਾਲੂ। ਕਿਹਦਾ ਨਾਮ ਆ ਜੀ? ਬਾਲੂ। ਕਿੰਨੀ ਮਾਸ਼ਾਅੱਲਾ ਹੈ ਜਦੋਂ ਤੁਸੀਂ ਲਓਗੇ ਘਾਟਾ ਵਾਧਾ ਹੋ ਜਾਏਗਾ ਰੇਟ ਲਾ। ਠੀਕ ਹੈ ਕਿ ਕਮੀ ਪੇਸ਼ੀ ਤੇ ਚਲੋ ਕੁਝ ਤੁਸੀਂ ਉਹ ਕਰ ਦਿਓ ਤੇ ਫਿਰ ਜਿਹੜਾ ਇੱਕ ਮਸਾਲੇ ਕੋਈ ਤੁਹਾਡੇ ਦਾ 6 ਲੱਖ ਰੁਪਇਆ ਮੰਗਦੇ ਇਹਦਾ। ਠੀਕ ਹੋ ਗਿਆ, ਜੋ ਗਾਹਕ ਦੀ ਡਿਮਾਂਡ ਹੋ, ਡਿਮਾਂਡ ਉਹ ਫਿਰ ਉਸ ਹਿਸਾਬ ਨਾਲ ਜੋ ਰਸਪੇ ਜੀ ਕੁਝ ਬਾਲੂ। ਠੀਕ ਆ, ਨਹੀਂ ਬਾਲੂ ਨਿਗਰ ਵੇ ਕਹਿੰਦਾ ਤੇ ਕੁਛ ਨਹੀਂ। ਨੋ ਨੋ ਨੋ, ਨਹੀਂ ਜੀ ਕਹਿੰਦਾ ਕੁਛ ਨਹੀਂ ਹੈ ਜੀ। ਨਹੀਂ ਮਾਸ਼ਾਅੱਲਾ ਨਿਗਰ ਠੀਕ ਹੀ ਆ, ਘਰ ਦਾ ਭਲਿਆ ਹੋਇਆ ਜੀ। ਠੀਕ ਹੋ ਗਿਆ, ਠੀਕ ਹੋ। ਤੁਹਾਡਾ ਨੰਬਰ ਦੇ ਹੀ ਤਾਂ ਆਪਣੇ ਸ਼ੈੱਡ ਦਾ ਕੀ ਨਾਮ? 3 ਠੀਕ ਹੋ ਗਿਆ, ਠੀਕ ਹੋ ਗਿਆ। ਲਓ ਜੀ ਵਿਵਰ ਤੁਸੀਂ ਇਹਨਾਂ ਦੇ ਭਾਈਆਂ ਦਾ ਖੋਲਿਆ, ਸ਼ੈੱਡ ਨੰਬਰ 3 ਦਾ ਜੀ। ਵੈਸੇ ਇਹਨਾਂ ਦੇ ਵੀ ਜਾਨਵਰ ਠੀਕ, ਅਤੇ ਸਾਡੀ ਵੀਡੀਓ ਅੱਛੀ ਲੱਗੇ ਲਾਈਕ ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਤੇ ਸਰ ਇਹਦਾ ਕੀ ਵੈਸੇ ਰੇਟ ਵੇਦਾ? ਅੱਛਾ ਇਹ ਕਮੀ ਪੇਸ਼ੀ ਜਿਹੜੀ ਹੈ ਵਪਾਰੀ ਨੇ ਰੇਟ ਦੱਸਣਾ? ਹਾਂ ਜੀ ਉਹ ਤਾਂ ਬਿਲਕੁਲ ਹੈ ਕਿ ਇਹ ਦੋਨਾਂ ਬੱਚਾ ਸਾਡੀ ਵੀਡੀਓ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਬਾਕੀ ਜੀ ਜੀ ਸੀਲ ਮੁਰਗਾ ਜੀ ਬਲੈਲਰ, ਇਹ ਸੀਲ ਆ, ਸੀਲ ਮੁਰਗਾ ਵਾ। ਠੀਕ ਹੋ ਬਾਕੀ ਵੈਸੇ ਵੈਸੇ ਹਾਈਟ ਵਿੱਚ ਹੈ, ਮੈਨੂੰ ਲੱਗਦਾ ਜ਼ਿਆਦਾ ਲੰਬਾ ਵੀ ਹੈ। ਸੀਲ ਮੁਰਗਾ ਸਮਝ ਲਓ। ਹਾਂ ਜੀ ਬਈ ਇਹਦਾ ਕੀ ਮੁੱਲ ਕਰਦੇ? ਇਹਦਾ ਭਾਜੀ 6.5 ਲੱਖ। ਉਹ ਕਹਿੰਦੇ ਫਿਰ ਜਿਹੜੀ ਕਮੀ ਪੇਸ਼ੀ ਹੋਏਗੀ ਉਹ ਯਾਰ ਮੈਂ ਬਦੋ ਕਰ ਲੈਣਗੇ। ਹਾਂ ਉਹ ਕਰ ਲਾਂਗੇ ਕਮੀ ਪੇਸ਼ੀ। ਫਾਰਮ ਕਿੱਥੇ ਆਪਣਾ ਦੱਸੋ? ਸਮੁੰਦਰੀ ਦਾ ਠੀਕ ਹੈ ਇਹ ਮਾਸ਼ਾਅੱਲਾ ਵੱਡਾ। ਲਓ ਜੀ ਇੱਧਰ ਹੋ ਜੀ, ਮੈਂ ਤੁਹਾਡੀ ਇੱਕ ਇੱਧਰ ਦੇਖੀਓ ਜੀ ਸਰ, ਇੱਧਰ ਜੀ ਇੱਧਰ ਇੱਧਰ ਦੇਖੋ ਜੀ ਮਾਸ਼ਾਅੱਲਾ ਵੱਡਾ ਹੈ। ਹਾਂਜੀ ਅਤੇ ਵੀ ਮੈਂ ਸਾਡੀ ਵੀਡੀਓ ਲਾਈਕ ਸ਼ੇਅਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੀਏ। ਬਾਕੀ ਜ਼ਿੰਦਗੀ ਨੇ ਫਾਕੀ ਦੀ ਦੁਬਾਰਾ ਮੁਲਾਕਾਤ ਹੋ ਗਈ। ਅੱਲਾ ਹਾਫਿਜ਼ ਜੀ।